20 ਮਿੰਟ ਵਿੱਚ ਹੀ ਸਨੈਚਰਾਂ ਨੇ ਦੋ ਥਾਵਾਂ ਤੇ ਕੀਤੀ ਵਾਰਦਾਤ। ਸੈਰ ਕਰ ਰਹੀਆਂ ਮਹਿਲਾਵਾਂ ਨੂੰ ਬਣਾਇਆ ਨਿਸ਼ਾਨਾ। ਤਾਂ ਦੱਸ ਦਈਏ ਕਿ 20 ਮਿੰਟਾਂ ਦੇ ਵਿੱਚ ਹੀ ਸਨੈਚਰਾਂ ਨੇ ਦੋ ਥਾਵਾਂ ਤੇ ਵੱਡੀ ਵਾਰਦਾਤ ਕੀਤੀ ਹੈ, ਜਿੱਥੇ ਇਹਨਾਂ ਦੇ ਵੱਲੋਂ ਸੈਰ ਕਰ ਰਹੀਆਂ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤਾਂ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਦੋਨੇ ਵਾਰਦਾਤਾਂ 200 ਮੀਟਰ ਦੇ ਅੰਦਰ ਹੀ ਕੀਤੀਆਂ ਗਈਆਂ ਨੇ ਤੇ ਇਹ 20 ਮਿੰਟ ਦੇ ਵਿੱਚ ਵਾਰਦਾਤ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਦ ਮਹਿਲਾਵਾਂ ਸੈਰ ਕਰਨ ਦੇ ਲਈ ਜਾ ਰਹੀਆਂ ਹੁੰਦੀਆਂ ਨੇ ਤਾਂ ਇਹ ਪਿੱਛੋਂ ਦੀ ਆ ਕੇ ਮਹਿਲਾ ਦੇ ਕੰਨ ਦੇ ਉੱਤੇ ਝਪੱਟਾ ਮਾਰਦਾ ਤੇ ਇਹ ਉਹਨਾਂ ਦੀ ਕੰਨ ਦੇ ਵਿੱਚ ਪਈਆਂ ਵਾਲੀਆਂ ਨੂੰ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਇਸ ਦੇ ਨਾਲ ਇੱਕ ਹੋਰ ਸਾਥੀ ਵੀ ਹੁੰਦਾ ਜੋ ਕਿ ਬਾਈਕ ਤੇ ਤਿਆਰ ਖੜਾ ਹੁੰਦਾ ਹੈ ਤੇ ਦੋਨੋਂ ਬਾਈਕ ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਇਸ ਪੂਰੀ ਵਾਰਦਾਤ ਦੇ ਵਿੱਚ ਮਹਿਲਾ ਦਾ ਕੰਨ ਵੀ ਵੱਢਿਆ ਜਾਂਦਾ ਹੈ। ਤਾਂ ਵੱਡੀ ਵਾਰਦਾਤ ਦੋ ਲੁਟੇਰਿਆਂ ਦੇ ਵੱਲੋਂ ਕੀਤੀ ਗਈ ਹੈ, ਜਿੱਥੇ ਇਹਨਾਂ ਨੇ 20 ਮਿੰਟ ਦੇ ਅੰਦਰ ਦੋ ਥਾਵਾਂ ਤੇ ਵੱਡੀਆਂ ਵਾਰਦਾਤਾਂ ਕੀਤੀਆਂ ਨੇ, ਜਿੱਥੇ ਸੈਰ ਕਰ ਰਹੀਆਂ ਮਹਿਲਾਵਾਂ ਨੂੰ ਇਹਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਤਾਂ ਇੱਕ ਮਾਮਲੇ ਦੇ ਵਿੱਚ ਤਾਂ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਤਰੀਕੇ ਦੇ ਨਾਲ ਇਹ ਲੁੱਟ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਵੇਖ ਸਕਦੇ ਹੋ ਕਿਵੇਂ ਇਹ ਮਹਿਲਾਵਾਂ ਸੈਰ ਕਰਨ ਦੇ ਲਈ ਜਾ ਰਹੀਆਂ ਹੁੰਦੀਆਂ ਨੇ ਤਾਂ ਇੱਕਦਮ ਇਹ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਪਿੱਛੋਂ ਦੀ ਆਉਂਦਾ ਤੇ ਮਹਿਲਾ ਦੇ ਕੰਨ ਦੀਆਂ ਵਾਲੀਆਂ ਨੂੰ ਖਿੱਚ ਕੇ ਮੌਕੇ ਤੋਂ ਫਰਾਰ ਹੋ ਜਾਂਦਾ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ, ਜਿੱਥੇ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਪੁਲਿਸ ਦੇ ਵੱਲੋਂ ਹੁਣ CCTV ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 20 ਮਿੰਟ ਵਿੱਚ ਹੀ ਸਨੈਚਰਾਂ ਨੇ ਦੋ ਥਾਵਾਂ ਤੇ ਕੀਤੀ ਵਾਰਦਾਤ, ਸੈਰ ਕਰ ਰਹੀਆਂ ਮਹਿਲਾਵਾਂ ਨੂੰ ਬਣਾਇਆ ਨਿਸ਼ਾਨਾ। ਤਾਂ ਦੱਸ ਦਈਏ ਕਿ 20 ਮਿੰਟਾਂ ਦੇ ਵਿੱਚ ਹੀ ਸਨੈਚਰਾਂ ਨੇ ਦੋ ਥਾਵਾਂ ਤੇ ਵੱਡੀ ਵਾਰਦਾਤ ਕੀਤੀ ਹੈ, ਜਿੱਥੇ ਇਹਨਾਂ ਦੇ ਵੱਲੋਂ ਸੈਰ ਕਰ ਰਹੀਆਂ ਮਹਿਲਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤਾਂ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਦੋਨੇ ਵਾਰਦਾਤਾਂ 200 ਮੀਟਰ ਦੇ ਅੰਦਰ ਹੀ ਕੀਤੀਆਂ ਗਈਆਂ ਨੇ ਤੇ ਇਹ 20 ਮਿੰਟ ਦੇ ਵਿੱਚ ਵਾਰਦਾਤ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਦ ਮਹਿਲਾਵਾਂ ਸੈਰ ਕਰਨ ਦੇ ਲਈ ਜਾ ਰਹੀਆਂ ਹੁੰਦੀਆਂ ਨੇ ਤਾਂ ਇਹ ਪਿੱਛੋਂ ਦੀ ਆ ਕੇ ਮਹਿਲਾ ਦੇ ਕੰਨ ਦੇ ਉੱਤੇ ਝਪੱਟਾ ਮਾਰਦਾ ਤੇ ਇਹ ਉਹਨਾਂ ਦੀ ਕੰਨ ਦੇ ਵਿੱਚ ਪਈਆਂ ਵਾਲੀਆਂ ਨੂੰ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਦੱਸ ਦਈਏ ਇਸ ਦੇ ਨਾਲ ਇੱਕ ਹੋਰ ਸਾਥੀ ਵੀ ਹੁੰਦਾ ਜੋ ਕਿ ਬਾਈਕ ਤੇ ਤਿਆਰ ਖੜਾ ਹੁੰਦਾ ਹੈ ਤੇ ਦੋਨੋਂ ਬਾਈਕ ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਇਸ ਪੂਰੀ ਵਾਰਦਾਤ ਦੇ ਵਿੱਚ ਮਹਿਲਾ ਦਾ ਕੰਨ ਵੀ ਵੱਢਿਆ ਜਾਂਦਾ ਹੈ। ਤਾਂ ਵੱਡੀ ਵਾਰਦਾਤ ਦੋ ਲੁਟੇਰਿਆਂ ਦੇ ਵੱਲੋਂ ਕੀਤੀ ਗਈ ਹੈ, ਜਿੱਥੇ ਇਹਨਾਂ ਨੇ 20 ਮਿੰਟ ਦੇ ਅੰਦਰ ਦੋ ਥਾਵਾਂ ਤੇ ਵੱਡੀਆਂ ਵਾਰਦਾਤਾਂ ਕੀਤੀਆਂ ਨੇ, ਜਿੱਥੇ ਸੈਰ ਕਰ ਰਹੀਆਂ ਮਹਿਲਾਵਾਂ ਨੂੰ ਇਹਨਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਤਾਂ ਇੱਕ ਮਾਮਲੇ ਦੇ ਵਿੱਚ ਤਾਂ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਤਰੀਕੇ ਦੇ ਨਾਲ ਇਹ ਲੁੱਟ ਕਰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਵੇਖ ਸਕਦੇ ਹੋ ਕਿਵੇਂ ਇਹ ਮਹਿਲਾਵਾਂ ਸੈਰ ਕਰਨ ਦੇ ਲਈ ਜਾ ਰਹੀਆਂ ਹੁੰਦੀਆਂ ਨੇ ਤਾਂ ਇੱਕਦਮ ਇਹ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਪਿੱਛੋਂ ਦੀ ਆਉਂਦਾ ਤੇ ਮਹਿਲਾ ਦੇ ਕੰਨ ਦੀਆਂ ਵਾਲੀਆਂ ਨੂੰ ਖਿੱਚ ਕੇ ਮੌਕੇ ਤੋਂ ਫਰਾਰ ਹੋ ਜਾਂਦਾ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ, ਜਿੱਥੇ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਪੁਲਿਸ ਦੇ ਵੱਲੋਂ ਹੁਣ CCTV ਦੇ ਆਧਾਰ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।